मात महला पंजवा प्रभ वनासी तांक्या काड़ा हर भगवंता तां जन खरा सुखला जी प्राण मान सुख दाता तू करें सोई सुख पावने हों वारी जियो वारी गुरमुख मन तन पावने तू मेरा पर्वत तू मेरा ओला तुम संग लवै न लावने रहाओ तेरा कीता जिस लग है मीठा घट घट पार ब्रह्म तिन जन डीठा थान थनंतर तू है तू है इको एक वरतावने सगल मनोरथ तू देमनहारा भगती पाए परे भंडारा दया तार राखे तुद सेई पूरे कर्म समावने अंधकूब ते कंडे चाड़े कर कृपा दास नजर निहाले गुण गावे पूर्ण अविनाशी कै सुन तोट ना आवने एथे उथे तू है रखवाला मात गर्भ में तुम ही पाला माया अगन ना पोहे तिन को रंग रते गुण गामने क्या गुण तेरे आख संभाली मन तन अंतर तुझ नजर निहाली तू मेरा मीत साजन मेरा स्वामी तुद बिन अवर न जानने जिसको तू प्रभया सहाई जिस तत्ती वाव न लगे काई तू साहेब शरण सुखदाता सत संगत जप प्रगटावने तू ऊंच अथा अपार अमोला तू सच साहेब दास तेरा गोला तू मीरा चाची ठकुराई नानक बल बल जामने तन तन। गुरु अर्जुन देव पातशाह इस पावन शब्द विच फरमांदे हन हों वारी जियो वारी गुरमुख मन तन पावने मैं वारने जांदा हां सदके जांदा उन्हां भागशाली मनुखां तों जिन्हां नूं गुरमुख गुरु दे उपदेश राहीं मन तन भावणे मन विच तन विच ओ परमात्मा चंगा लगा हों वारी जियो वारी गुरमुख मन तन भावणे ते जिन्हां नूं फिर ओ पा जांदा जिन्हां दी प्रीत बन जांदी है उन्हां दा विश्वास की है तू मेरा पर्वत तू मेरा ओला तुम संग लवै न लावणे हे वाहिगुरु तू मेरा पर्वत भाव पर्वत जिड्डा वड्डा तू आसरा है तू मेरा ओला तू मेरा पड़दा है और तेरे वर्गा कोई लवे लाउणे है नहीं अपने अपने इलाकियां दी बोली है जिस इलाके विच मैं रहना इत्थे आम तौर ते शब्द वरत्या जांदा भाई उस व्यक्ति वर्गा लवे लाउणे कोई है ही नहीं भाव नेड़े तेड़े होर कोई नहीं है सचमुच जिन्हां दे अंदर गुरु दा उपदेश वस जांदा उन्हां नूं मन करके तन करके परमात्मा नाल प्यार हो जांदा ते जिन्हां दा परमात्मा नाल प्यार हो जांदा ओह फिर कहिंदे ने तू मेरा पर्वत तू मेरा ओला तुम संग लवै न लावणे तेरे वर्गा कोई लवे लाउणे नेड़े तेड़े है ही नहीं ते जिन्हां दे अंदर ये निश्चा हो जांदा है प्रभ अविनाशी तां क्या काड़ा जिन्हां दा मित्र ओह प्रभु अविनाशी
ਜਿਹੜਾ ਕਦੇ ਨਾ ਸੁਣ ਵਾਲਾ ਨਹੀਂ। ਬੜੀ ਕੀਮਤੀ ਗੱਲ ਪਾਤਸ਼ਾਹ ਦਿਖਾਉਂਦੇ ਨੇ। ਦੇਖੋ ਦੁਨੀਆ ਦੇ ਸੱਜਣ ਮਿੱਤਰ ਰਿਸ਼ਤੇਦਾਰ ਬਹੁਤ ਨੇ, ਪਰ ਅਸੀਂ ਕਿਸੇ ਨੂੰ ਅਵਿਨਾਸ਼ੀ ਨਹੀਂ ਕਹਿ ਸਕਦੇ। ਸਾਰਿਆਂ ਨੇ ਇੱਕ ਦਿਨ ਮੁੱਕ ਜਾਣਾ, ਸਾਰਿਆਂ ਨੇ ਸਾਥ ਛੱਡ ਜਾਣਾ, ਪਰ ਇੱਕ ਪਰਮਾਤਮਾ ਐਸਾ ਹੈ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਪ੍ਰਭ ਅਵਿਨਾਸੀ ਤਾਂ ਕਿਆ ਕਾੜਾ। ਉਹਨਾਂ ਨੂੰ ਫਿਰ ਕਾਹਦੀ ਚਿੰਤਾ ਹੈ, ਜਿਨ੍ਹਾਂ ਦੇ ਸਿਰ 'ਤੇ ਉਸ ਅਵਿਨਾਸੀ ਦਾ ਹੱਥ ਹੈ ਉਹਨਾਂ ਨੂੰ ਕਾਹਦਾ ਫਿਕਰ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜਿਨ੍ਹਾਂ ਦਾ ਹਰੀ ਮਾਲਕ ਹੋ ਗਿਆ ਉਹਨਾਂ ਦਾ ਖਸਮ ਬਣ ਗਿਆ, ਤਾਂ ਜਨ ਖਰਾ ਸੁਖਾਲਾ, ਉਹ ਜਨ ਉਸ ਦਿਨ ਤੋਂ ਖਰਾ ਸੌਖਾ ਹੋ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਸਿਮਰਨ ਦੀਆਂ ਬਰਕਤਾਂ ਜਦੋਂ ਦੱਸੀਆਂ ਤਾਂ ਬੜੀ ਕਿਰਪਾ ਕੀਤੀ, ਆਖਿਆ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ। ਜਿਹੜੇ ਫਿਰ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਸਦਾ ਸੁਖਵਾਸੀ ਹੋ ਜਾਂਦੇ। ਕਿਉਂ? ਉਹਨਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਮੇਰਾ ਉਹ ਵਾਹਿਗੁਰੂ ਅਵਿਨਾਸ਼ੀ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ। ਅਵਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੜ ਦੁੱਖ ਨਾ ਹੋਈ, ਪ੍ਰਭ ਅਵਿਨਾਸੀ ਤਾਂ ਕਿਆ ਕਾੜਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਨ ਮਾਨ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ। ਉਹਨਾਂ ਦੇ ਅੰਦਰ ਇਹ ਨਿਸ਼ਚਾ ਹੈ, ਉਹੀ ਜੀ ਪ੍ਰਾਨ ਮਾਨ ਸੁਖਦਾਤਾ, ਇਹ ਸਭ ਦਾਤਾਂ ਦੇਣ ਵਾਲਾ ਉਹੋ ਹੀ ਹੈ, ਉਹੋ ਹੀ ਇਹਨਾਂ ਦਾ ਮਾਲਕ ਹੈ। ਔਰ ਉਹਨਾਂ ਨੂੰ ਨਿਸ਼ਚਾ ਹੋ ਜਾਂਦਾ, ਤੂੰ ਕਰੈ ਸੋਈ ਸੁਖ ਪਾਵਣਿਆ, ਜੋ ਹੋਣਾ ਹੈ ਤੇਰੇ ਹੁਕਮ ਵਿੱਚ ਹੋਣਾ, ਜੋ ਤੂੰ ਕਰਨਾ ਉਹੀ ਹੋਣਾ, ਤੇਰੇ ਹੁਕਮ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਣਾ। ਫਿਰ ਉਹ ਤੇਰੀ ਰਜ਼ਾ ਵਿੱਚ ਰਾਜ਼ੀ ਰਹਿੰਦੇ, ਜੋ ਤੂੰ ਕਰੇਗਾ ਮੇਰੇ ਸੁੱਖ ਲਈ ਕਰੇਗਾ। ਪਹਿਲੇ ਪਦ ਨੂੰ ਧਿਆਨ ਪੂਰਵਕ ਸਮਝੀ, ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਨ ਮਾਨ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ। ਹਉ ਵਾਰੀ ਜਿਓ ਵਾਰੀ, ਗੁਰਮੁਖ ਮਨ ਤਨ ਭਾਵਣਿਆ। ਮੈਂ ਉਹਨਾਂ ਤੋਂ ਵਾਰ ਨੇ ਸਦਕੇ ਜਾਂਦਾ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਰਾਹੀਂ ਮਨ ਕਰਕੇ ਤਨ ਕਰਕੇ ਉਸ ਮਾਲਕ ਨੂੰ ਪਿਆਰ ਕੀਤਾ, ਅਤੇ ਜਿਨ੍ਹਾਂ ਦੇ ਅੰਦਰ ਇਹ ਨਿਸ਼ਚਾ ਹੋ ਗਿਆ ਕਿ ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੈ ਨੱਲਾ ਬਣਿਆ, ਤੂੰ ਮੇਰਾ ਪਹਾੜ ਜਿੱਡਾ ਆਸਰਾ ਹੈ, ਤੂੰ ਮੇਰਾ ਓਲਾ ਹੈ, ਪੜਦਾ ਹੈ, ਔਰ ਤੇਰੇ ਵਰਗਾ ਹੋਰ ਕੋਈ ਲਵੇ ਲਾਉਣੇ ਨੇੜੇ ਤੇੜੇ ਹੈ ਹੀ ਨਹੀਂ। ਰਹਾਓ ਤੇਰਾ ਕੀਤਾ ਜਿਸ ਲਾਗੈ ਮੀਠਾ, ਹੇ ਵਾਹਿਗੁਰੂ ਜਿਸ ਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗਣ ਲੱਗ ਪੈਂਦਾ, ਭਾਵ ਜਿਹੜਾ ਤੇਰੀ ਰਜ਼ਾ ਵਿੱਚ ਰਾਜ਼ੀ ਰਹਿੰਦਾ। ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ, ਘੱਟ ਦੇ ਟੈਂਕੇ ਨੂੰ ਸਿਆਰੀ ਹੈ, ਤਿੰਨ ਦੇ ਨੰਨੇ ਨੂੰ ਸਿਆਰੀ ਹੈ, ਜਨ ਦੇ ਨੰਨੇ ਨੂੰ ਸਿਆਰੀ ਹੈ। ਉਹਨਾਂ ਨੇ ਹਰ ਘੱਟ ਘੱਟ ਵਿੱਚ ਵਸਦੇ ਪਾਰ ਬ੍ਰਹਮ ਨੂੰ ਡੀਠਾ ਦੇਖ ਲਿਆ। ਤੇਰਾ ਕੀਤਾ ਜਿਸ ਲਾਗੈ ਮੀਠਾ, ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਨ ਥਨੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰਤਾਵਣਿਆ। ਹਰ ਥਾਨ ਦੇ ਅੰਦਰ ਤੂੰ ਹੀ ਤੂੰ ਹੈ,
ਥਾਨ ਦੇ ਨੰਨੇ ਨੂੰ ਸਿਆਰੀ ਹੈ, ਥਨੰਤਰ ਦੇ ਰਾਰੇ ਨੂੰ ਸਿਆਰੀ। ਹਰ ਥਾਨ ਦੇ ਅੰਦਰ ਤੂੰ ਹੈ, ਤੂੰ ਹੈ, ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ। ਇੱਕੋ ਇੱਕ ਵਰਤਾ ਬਣੇ ਆ ਸਭ ਜਗ੍ਹਾ 'ਤੇ, ਤੂੰ ਇੱਕ ਹੀ ਵਰਤ ਰਿਹਾ। ਸਗਲ ਮਨੋਰਥ ਤੂੰ ਦੇਵਣਹਾਰਾ, ਸਾਰੇ ਮਨੋਰਥ ਜੋ ਮਨ ਦੀਆਂ ਇੱਛਾਵਾਂ ਹਨ ਉਹ ਤੂੰ ਦੇਵਣਹਾਰਾ ਦੇ ਸਕਦਾ, ਸਮਰੱਥ। ਇਸੇ ਲਈ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ, ਇੱਛਾ ਪੂਰਕ ਸਰਵ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਗਲ ਮਨੋਰਥ ਤੂੰ ਦੇਵਣਹਾਰਾ, ਭਗਤੀ ਪਾਏ ਪਰੇ ਭੰਡਾਰਾ, ਤੇਰੇ ਭੰਡਾਰ ਭਗਤੀ ਨਾਲ ਤੇਰੇ ਖਜ਼ਾਨੇ ਪਰੇ ਪਏ, ਉੱਥੇ ਕੋਈ ਕਮੀ ਹੈ ਹੀ ਨਹੀਂ। ਪਰ ਦਇਆ ਤਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ, ਜਿਨ੍ਹਾਂ ਨੂੰ ਬਖਸ਼ਿਸ਼ ਹੋ ਜਾਂਦੀ ਤੁਹਾਡੀ, ਉਹਨਾਂ 'ਤੇ ਤੁਹਾਡੀ ਦਇਆ ਹੋ ਜਾਂਦੀ, ਅਤੇ ਉਹਨਾਂ ਨੂੰ ਤੁਸੀਂ ਆਪ ਦਇਆ ਕਰਕੇ ਰੱਖ ਲੈਂਦੇ ਹੋ ਜਿਹੜੇ ਉਸ 'ਤੇ ਬਣ ਜਾਣ। ਕਈ ਵਾਰੀ ਕਈ ਲੋਕ ਖਿੱਝ ਕੇ ਕਹਿੰਦੇ ਨੇ, ਕਿਉਂ ਜੀ ਰੱਬ ਸਿਰਫ ਤੁਹਾਡਾ ਹੀ ਹੈ, ਸਾਡਾ ਨਹੀਂ। ਮੇਰੇ ਸਤਿਗੁਰੂ ਬੜਾ ਪਿਆਰ ਵਾਲਾ ਉੱਤਰ ਦਿੰਦਾ, ਕਹਿੰਦੇ ਨਹੀਂ, ਰੱਬ 'ਤੇ ਬਾਈ ਸਾਰਿਆਂ ਦਾ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਪਰ ਜਿਹੜੇ ਤੇਰੇ ਬਣ ਜਾਂਦੇ ਨੇ, ਤੂੰ ਉਹਨਾਂ ਦੀ ਫਿਰ ਆਪ ਰਾਖੀ ਕਰਦਾ। ਸਗਲ ਮਨੋਰਥ ਤੂੰ ਦੇਵਣਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ। ਜਿਨ੍ਹਾਂ 'ਤੇ ਤੇਰੀ ਬਖਸ਼ਿਸ਼ ਹੋ ਜਾਂਦੀ, ਜਿਨ੍ਹਾਂ ਦੇ ਭਾਗ ਚੰਗੇ ਨੇ, ਉਹ ਫਿਰ ਤੇਰੀ ਕਿਰਪਾ ਦੇ ਪਾਤਰ ਬਣ ਕੇ ਤੇਰੇ ਨਾਲ ਸਮਾ ਜਾਂਦੇ। ਫਿਰ ਤੂੰ ਕੀ ਕਰਦਾ? ਅੰਧਕੂਬ 'ਤੇ ਕੰਢੇ ਝਾੜੇ, ਇਹ ਸੰਸਾਰ ਅੰਨਾ ਖੂਹ ਹੈ, ਇਹਦੇ ਵਿੱਚ ਜਿਹੜਾ ਡਿੱਗ ਪਵੇ ਉਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭਦਾ। ਪਰ ਜਿਨ੍ਹਾਂ 'ਤੇ ਤੇਰੀ ਕਿਰਪਾ ਹੋ ਜਾਏ, ਉਹਨਾਂ ਤੂੰ ਇਸ ਮਾਇਆ ਦੇ ਅੰਨੇ ਖੂਹ ਤੋਂ ਬਚਾ ਲੈਂਦਾ। ਕੰਢੇ ਚਾੜੇ ਦਾ ਮਤਲਬ ਕਿਨਾਰੇ ਲਾ ਦੇਣ। ਕਰ ਕਿਰਪਾ ਦਾਸ ਨਜ਼ਰ ਨਿਹਾਲੇ, ਫਿਰ ਮਿਹਰ ਦੀ ਨਜ਼ਰ ਕਰਕੇ ਤੂੰ ਉਹਨਾਂ ਉੱਤੇ ਆਪਣੀ ਨਜ਼ਰ ਕਰਦਾ। ਨਜ਼ਰ ਨਿਹਾਲੇ, ਨਜ਼ਰ ਨਾਲ ਦੇਖਦਾ। ਗੁਣ ਗਾਵੇਂ ਪੂਰਨੇ ਅਬਨਾਸੀ, ਕਹਿ ਸੁਣ ਤੋਟ ਨਾ ਆਵਣਿਆ। ਜਿਨ੍ਹਾਂ 'ਤੇ ਤੇਰੀ ਕਿਰਪਾ ਹੋ ਜਾਂਦੀ, ਅੰਧਕੂਬ 'ਤੇ ਕੰਢੇ ਝਾੜੇ, ਉਹਨਾਂ ਨੂੰ ਤੂੰ ਇਸ ਸੰਸਾਰ ਰੂਪੀ ਅੰਨੇ ਖੂਹ ਤੋਂ ਬਚਾ ਕੇ ਕਿਨਾਰੇ ਲਾ ਦੇਣਾ। ਕਰ ਕਿਰਪਾ ਦਾਸ ਨਜ਼ਰ ਨਿਹਾਲੇ, ਉਹਨਾਂ ਉੱਤੇ ਤੂੰ ਆਪਣੀ ਮਿਹਰ ਦੀ ਨਜ਼ਰ ਕਰਨਾ। ਅਤੇ ਜਿਨ੍ਹਾਂ 'ਤੇ ਤੇਰੀ ਮਿਹਰ ਦੀ ਨਜ਼ਰ ਹੋ ਜਾਂਦੀ, ਗੁਣ ਗਾਵੇਂ ਪੂਰਨ ਅਵਿਨਾਸੀ, ਕਹਿ ਸੁਣ ਤੋਟ ਨਾ ਆਵਣਿਆ। ਉਹ ਫਿਰ ਹਰ ਵੇਲੇ, ਹੇ ਅਵਿਨਾਸੀ ਪ੍ਰਭੂ, ਹੇ ਪੂਰਨ ਪ੍ਰਭੂ, ਉਹ ਤੇਰੇ ਗੁਣ ਗਾਉਂਦੇ ਹਨ। ਅਤੇ ਕਹਿ ਸੁਣ, ਨਾ ਕਹਿ ਕਰਕੇ ਨਾ ਸੁਣ ਕਰਕੇ, ਤੋਟ ਨਾ ਆਵਣਿਆ, ਕੋਈ ਕਮੀ ਨਹੀਂ ਆਉਂਦੀ। ਤੇਰਾ ਸਰੂਪ ਇਤਨਾ ਬੇਅੰਤ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਉਹਨਾਂ ਦੇ ਅੰਦਰ ਫਿਰ ਨਿਸ਼ਚਾ ਹੋ ਜਾਂਦਾ, ਇੱਥੇ ਉੱਥੇ ਤੂੰ ਹੈ ਰਖਵਾਲਾ, ਇੱਥੇ ਇਸ ਲੋਕ ਵਿੱਚ, ਉੱਥੇ ਪਰਲੋਕ ਵਿੱਚ ਤੂੰ ਹੀ ਰਖਵਾਲਾ। ਮਾਤ ਗਰਭ ਮੈਂ ਤੁਮ ਹੀ ਪਾਲਾ, ਮਾਤਾ ਦੇ ਗਰਭ ਵਿੱਚ ਵੀ ਤੂੰ ਹੀ ਰਾਖੀ ਕਰਨਾ। ਸੋਚ ਕੇ ਵਿਚਾਰ ਕੇ ਦੱਸੋ, ਕੋਈ ਹੈ ਹੋਰ ਜਿਹੜਾ ਜਠਰ ਅਗਨੀ ਵਿੱਚ ਬਚਾ ਸਕੇ? ਤਾਂ ਹੀ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ, ਪ੍ਰਤਪਾਲ ਮਾਤਾ ਉਧਰ ਰੱਖੇ, ਲਗਨ ਦੇ ਤਨਾ ਸੇਕ, ਸੋਈ ਸੁਆਮੀ ਈਹਾਂ ਰੱਖੇ, ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ, ਤਿਸੈ ਬੂਝ ਜਿਨ ਤੂੰ ਕੀਆ,
ਪ੍ਰਭ ਕਰਨ ਕਾਰਨ ਏਕ, ਇੱਥੇ ਉੱਥੇ ਤੂੰ ਹੈ ਰਖਵਾਲਾ, ਮਾਤਗਰ ਮੈਂ ਤੂੰ ਹੀ ਪਾਲਾ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੀ, ਮਾਇਆ ਅਗਨ ਨ ਪੋਹੈ ਤਿੰਨ ਕੋ, ਰੰਗ ਰਤੇ ਗੁਣ ਗਾਵਣੇ ਆ। ਜਿਹੜੇ ਫਿਰ ਤੇਰੇ ਪਿਆਰ ਵਿੱਚ ਰਤੇ ਹੋਏ ਗੁਣ ਗਾਉਂਦੇ ਨੇ, ਉਹਨਾਂ ਨੂੰ ਇਹ ਮਾਇਆ ਦੀ ਅੱਗ ਪੋਹ ਨਹੀਂ ਸਕਦੀ, ਸਾੜ ਨਹੀਂ ਸਕਦੀ। ਉਹ ਮਾਇਆ ਵਿੱਚ ਵਿਚਰਦੇ ਹੋਏ ਵੀ ਇਸ ਤਰ੍ਹਾਂ ਰਹਿੰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਮਾਇਆ ਅਗਨ ਨ ਪੋਹੈ ਤਿੰਨ ਕੋ, ਰੰਗ ਰਤੇ ਗੁਣ ਗਾਵਣਿਆ। ਫਿਰ ਛੇਵੇਂ ਪਥ ਵਿੱਚ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਕਿਆ ਗੁਣ ਤੇਰੇ ਆਗ ਸੰਭਾਲੀ, ਮਨ ਤਨੇ ਅੰਤਰ ਤੁਦ ਨਜ਼ਰ ਨਿਹਾਲੀ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਤੈਨੂੰ ਯਾਦ ਕਰਾਂ, ਕੋਈ ਇੱਕ ਗੁਣ ਹੋਵੇ ਤਾਂ ਯਾਦ ਕਰਾਂ। ਕਿਆ ਗੁਣ ਤੇਰੇ ਆਗ ਸੰਭਾਲੀ, ਮਨ ਤਨ ਅੰਤਰ ਤੁਦ ਨਜ਼ਰ ਨਿਹਾਲੀ, ਮੈਂ ਤਾਂ ਮਨ ਤਨ ਅੰਦਰ ਤੈਨੂੰ ਹੀ ਦੇਖਦਾ, ਤੇਰੀ ਹੀ ਸਭ ਜਗ੍ਹਾ 'ਤੇ ਕਾਇਆ ਵਰਤ ਰਹੀ ਹੈ। ਤਾਂ ਹੀ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਓ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋ ਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਧ ਬਿਨ ਅਵਰ ਨ ਜਾਣਨੇ ਆ। ਹੇ ਵਾਹਿਗੁਰੂ ਤੂੰ ਹੀ ਮੇਰਾ ਮਿੱਤਰ ਹੈ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਾਲਕ ਹੈ, ਮੈਂ ਤੁਧ ਬਿਨ ਤੇਰੇ ਤੋਂ ਬਿਨਾਂ ਅਵਰ ਨ ਜਾਣਨੇ ਆ, ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਸਾਰੀ ਗੁਰਬਾਣੀ ਆਦਿ ਤੋਂ ਅੰਤਿਕਨ ਸਾਨੂੰ ਇਹੋ ਹੀ ਸਮਝਾ ਰਹੀ, ਭਾਈ ਜਿਹੜਾ ਮਾਤਾ ਦੇ ਉਧਰ ਵਿੱਚ ਰਾਖੀ ਕਰਦਾ ਉਹੀ ਇੱਥੇ ਰਾਖੀ ਕਰ ਸਕਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਤਵੀ ਇੱਕੋ ਜਿਹੀ ਕਰਤੇ ਖੇਰ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਦੋਂ ਉਹ ਸਾਡੀ ਮਾਤਾ ਦੇ ਘਰ ਵਿੱਚ ਰਾਖੀ ਕਰਦਾ, ਇੱਥੇ ਵੀ ਉਹੀ ਕਰੇਗਾ, ਹੋਰ ਕੋਈ ਸਹਾਇਕ ਨਹੀਂ। ਇਸ ਲਈ ਗੁਰਦੇਵ ਕਹਿੰਦੇ ਨੇ, ਕਿਆ ਗੁਣ ਤੇਰੇ ਆਖ ਸੰਭਾਲੀ, ਮਨ ਤਨੇ ਅੰਤਰ ਤੁਦ ਨਜ਼ਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਦ ਬਿਨ ਅਵਰ ਨਾ ਜਾਣਨੇ ਆ, ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ। ਜਿਸ ਕੋ ਤੂੰ ਪ੍ਰਭ ਪਿਆ ਸਹਾਈ, ਜਿਸ ਤੱਤੀ ਵਾਹ ਨ ਲੱਗੇ ਕਾਈ। ਹੇ ਵਾਹਿਗੁਰੂ ਜਿਸ ਦਾ ਤੂੰ ਸਹਾਇਕ ਹੋ ਗਿਆ, ਜਿਸ ਦਾ ਤੂੰ ਰਖਵਾਲਾ ਹੋ ਗਿਆ, ਜਿਸ ਨੇ ਤੇਰਾ ਪੱਲਾ ਫੜ ਲਿਆ, ਜਿਸ ਤੱਤੀ ਵਾਹ ਨ ਲੱਗੇ ਕਾਈ, ਉਸ ਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦਾ, ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜਿਸ ਦਾ ਸਾਹਿਬ ਡਾਡਾ ਹੋਏ, ਜਿਸ ਨੂੰ ਮਾਰ ਨ ਸਕੇ ਕੋਏ, ਪਰ ਸ਼ਰਤ ਇਹ ਹੈ ਸਾਹਿਬ ਕੀ ਸੇਵਕ ਰਹੇ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ। ਜਿਸ ਕੋ ਤੂੰ ਪ੍ਰਭ ਭਇਆ ਸਹਾਈ, ਤਿਸ ਤੱਤੀ ਵਾਹ ਨ ਲੱਗੇ ਕਾਈ, ਤੂੰ ਸਾਹਿਬ ਸ਼ਰਨ ਸੁਖਦਾਤਾ, ਸਤ ਸੰਗਤ ਜਪ ਪ੍ਰਗਟਾਵਣਿਆ। ਤੂੰ ਸਾਹਿਬ ਮਾਲਕ ਹੈ, ਸ਼ਰਨ ਸੁਖਦਾਤਾ ਹੈ, ਜਿਹੜਾ ਤੇਰੀ ਸ਼ਰਨ ਵਿੱਚ ਆ ਜਾਏ ਉਹਨੂੰ ਤੂੰ ਸੁੱਖਾਂ ਦੇ ਦੇਣ ਵਾਲਾ ਹੈ। ਸਤ ਸੰਗਤ ਜਪ ਪ੍ਰਗਟਾਵਣੀ, ਸਤ ਸੰਗਤ ਵਿੱਚ ਬਹਿ ਕੇ ਜਪ ਦੇ ਪੱਪੇ ਨੂੰ ਸਿਹਾਰੀ ਹੈ, ਜਪ ਕੇ ਤੈਨੂੰ ਪ੍ਰਗਟ ਕੀਤਾ ਜਾਂਦਾ, ਭਾਵ ਤੈਨੂੰ ਜਾਣਿਆ ਜਾਂਦਾ, ਤੇਰੇ ਗੁਣਾਂ ਦੀ ਸਮਝ ਆਉਂਦੀ ਹੈ। ਇਸੇ ਲਈ ਗੁਰੂ ਪਾਤਸ਼ਾਹ ਨੇ ਫਰਮਾਇਆ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਭਾਈ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਕਰਮ ਕੀਰਤੀ ਹੈ, ਅਤੇ ਸਤਸੰਗਤ ਵਿੱਚ ਬਹਿ ਕੇ ਕਰਨ ਦੇ ਨਾਲ ਉਹਦੇ ਗੁਣਾਂ ਦਾ ਪ੍ਰਗਟਾਵਾ ਹੁੰਦਾ, ਪਤਾ ਲੱਗਦਾ, ਜਾਣਕਾਰੀ ਹੁੰਦੀ ਹੈ। ਇਸ ਲਈ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ, ਜੋ ਜੋ ਕਥੈ
ਸੁਣੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਉ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲੈਣ, ਜਿਸ ਕੋ ਤੂੰ ਪ੍ਰਭ ਪਿਆ ਸਹਾਈ, ਤਿਸ ਤੱਤੀ ਵਾਉ ਨ ਲੱਗੇ ਕਾਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਪ ਪ੍ਰਗਟਾਵਣਿਆ, ਤੂੰ ਉੱਚੇ ਅਥਾ ਅਪਾਰ ਅਮੋਲਾ, ਹੇ ਵਾਹਿਗੁਰੂ ਤੂੰ ਉੱਚੇ ਤੋਂ ਉੱਚਾ ਹੈ, ਤੂੰ ਅਥਾਹ ਹੈ ਤੇਰੀ ਗਹਿਰਾਈ ਨਹੀਂ ਜਾਣੀ ਜਾ ਸਕਦੀ, ਤੂੰ ਅਪਾਰ ਹੈ ਤੇਰਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ, ਤੂੰ ਅਮੋਲਾ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਹੈ ਸੱਚਾ ਸਾਹਿਬ, ਇਹ ਦਾਸ ਨਾਨਕ ਤੇਰਾ ਗੋਲਾ ਗੁਲਾਮ ਹੈ, ਮੁੱਲ ਖਰੀਦਿਆ ਤੇਰਾ ਸੇਵਕ ਹੈ। ਇੱਕ ਹੁੰਦੇ ਨੇ ਨੌਕਰ, ਇੱਕ ਹੁੰਦੇ ਨੇ ਮੁੱਲ ਖਰੀਦੇ ਗੁਲਾਮ। ਨੌਕਰ ਛੱਡ ਕੇ ਚਲੇ ਜਾਂਦੇ ਨੇ, ਪਰ ਮੈਂ ਤੇਰੇ ਘਰ ਦਾ ਗੁਲਾਮ ਹਾਂ। ਤੂੰ ਮੇਰਾ ਸਾਚੀ ਠਕੁਰਾਈ, ਨਾਨਕ ਬਲ ਬਲ ਜਾਮਣਿਆ, ਤੂੰ ਮੇਰਾ ਮੀਰਾ ਮਾਲਕ ਹੈ, ਔਰ ਤੇਰੀ ਠਕੁਰਾਈ ਤੇਰੀ ਮਾਲਕੀ ਸਦਾ ਕਾਇਮ ਰਹਿਣ ਵਾਲੀ ਹੈ। ਇਸ ਲਈ ਨਾਨਕ ਜੀ ਫਰਮਾਉਂਦੇ ਨੇ, ਬਲ ਬਲ ਜਾਮਣਿਆ, ਮੈਂ ਤੇਰੇ ਤੋਂ ਬਲਿਹਾਰ ਬਲਿਹਾਰ ਜਾਂਦਾ। ਦੇਖੋ ਗੁਰੂ ਪਾਤਸ਼ਾਹ ਨੇ ਕਿਸ ਪ੍ਰੇਮਾ ਭਗਤੀ ਦੇ ਨਾਲ ਸਾਨੂੰ ਵਾਹਿਗੁਰੂ ਦੇ ਗੁਣਾਂ ਦੀ ਜਾਣਕਾਰੀ ਅਤੇ ਉਹਦੇ ਨਾਲ ਜੁੜਨ ਦਾ ਤਰੀਕਾ ਅਤੇ ਜੁਗਤੀ ਸਮਝਾਈ। ਆਓ ਗੁਰਬਾਣੀ ਤੋਂ ਪ੍ਰੇਰਨਾ ਲਈਏ, ਗੁਰਬਾਣੀ ਨੂੰ ਪਿਆਰ ਨਾਲ ਭਿੱਜ ਕੇ ਪੜ੍ਹੀਏ ਅਤੇ ਵਿਚਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।